ਹੈਲੋ ਫਰੈਂਡਸ, ਹਾਂਜੀ ਆਪਾਂ ਇਹ ਸਟੋਨ ਪੇਂਟ ਕਰ ਰਹੇ ਹਾਂਗੇ, ਜੋ ਆਪਣੇ ਬਾਹਰ ਰੋਡ ਵਗੈਰਾ 'ਤੇ ਪਏ ਹੁੰਦੇ ਪੱਥਰਾਂ ਦੇ ਉੱਪਰ ਮੈਂ ਪੇਂਟ ਕਰ ਰਹੀ ਹਾਂ। ਪਹਿਲਾਂ ਮੈਂ ਫੈਬਰਿਕ ਅਕਰੈਲਿਕ ਕਲਰ ਬਰਾਊਨ ਅਤੇ ਵਾਈਟ ਮਿਕਸ ਕਰਕੇ ਲਾਈਟ ਸਕਿਨ ਜਿਹਾ ਕਲਰ ਬਣਾ ਕੇ ਪੇਂਟ ਕੀਤਾ, ਅਤੇ ਹੁਣ ਮੈਂ ਜ਼ੀਰੋ ਬ੍ਰੱਸ਼ ਨਾਲ ਉਸਦੇ ਬਲੈਕ ਕਲਰਸ ਨਾਲ ਡਿਜ਼ਾਇਨਿੰਗ ਕਰ ਰਹੀ ਹਾਂ ਸ਼ੂਜ਼ ਵਾਲੀ, ਜਿਸ ਤਰ੍ਹਾਂ ਸ਼ੂਜ਼ ਹੁੰਦਾ ਉਸ ਤਰ੍ਹਾਂ ਦੀ ਲੁੱਕ ਆਪਾਂ ਦੇਣੀ ਹੈ ਇਸਨੂੰ। ਇਸਦੇ ਨਾਲ ਨਾਲ ਜਿਵੇਂ ਡੋਟਸ, ਜਿਵੇਂ ਸੀਨ ਲਗਾਈ ਹੁੰਦੀ ਹੈਗੀ ਉਸ ਤਰ੍ਹਾਂ ਡੋਟਰ ਇਹਨੂੰ ਆਪਾਂ ਸਟੋਨ ਵਰਕ ਬੋਲ ਦਿੰਦੇ ਹਾਂ। ਇੱਥੇ ਆਪਾਂ ਲੇਜ਼ਿਸ ਬਣਾਵਾਂਗੇ। ਪਹਿਲਾਂ ਬਲੈਕ ਸ਼ੈਡੋ ਬਣਾਵਾਂਗੇ ਲੇਜ਼ਿਸ ਦੀ। ਹੁਣ ਇਹ ਵਾਲੀ ਚੀਜ਼ ਨੂੰ ਆਪਾਂ ਬਲੈਕ ਕਰਾਂਗੇ, ਸੈਂਟਰ ਵਾਲੀ ਨੂੰ, ਜਿੱਥੇ ਵੀ ਆਪਣਾ ਪੈਰ ਪੈਣਾ ਹੁੰਦਾ। ਇਹ ਐਜ਼ ਏ ਪੇਪਰ ਵੇਟ ਦੇ ਕੰਮ ਲਵਾਂਗੇ ਆਪਾਂ ਇਹਨੂੰ, ਜਿਵੇਂ ਆਪਾਂ ਟੇਬਲਸ ਵਗੈਰਾ 'ਤੇ ਰੱਖ ਸਕਦੇ ਹਾਂ, ਪੇਪਰ ਵੇਟ ਦਾ ਕੰਮ ਕਰੇਗਾ। ਠੀਕ ਹੈ, ਦੇਖੋ ਹੁਣ ਇਹ ਤੋਂ ਲੱਗਣ ਲੱਗ ਗਿਆ ਸ਼ੂਜ਼, ਅਤੇ ਹੁਣ ਆਪਾਂ ਲੇਜ਼ ਵਾਈਟ ਕਰਾਂਗੇ। ਬਿਲਕੁਲ ਰੀਅਲ ਲੁੱਕ ਦੇਣ ਲਈ ਆਪਾਂ ਇਹਨੂੰ ਸ਼ੈਡੋ ਦਿੱਤੀ ਹੈ ਬਲੈਕ ਨੀਚੇ, ਦੇਖੋ। ਠੀਕ ਹੈ, ਇਹ ਆਪਾਂ ਫੈਵੀਕ੍ਰਿਲ ਅਕਰੈਲਿਕ ਕਲਰ ਯੂਜ਼ ਕੀਤੇ ਨੇਗੇ, ਬਰਾਊਨ, ਵਾਈਟ, ਬਲੈਕ, ਤਿੰਨ ਕਲਰਸ ਨਾਲ ਆਪਾਂ ਰੈਡੀ ਕੀਤਾ ਇਹਨੂੰ। ਹੁਣ ਆਪਾਂ ਵਾਈਟ ਲੇਜ਼ਿਸ ਬਣਾਉਣੇ ਆ ਸੈਂਟਰ ਵਾਲੇ, ਜਿੱਥੇ ਕ੍ਰੋਸਿੰਗ ਕੀਤੀ ਸੀ। ਠੀਕ ਹੈ, ਉੱਥੋਂ ਸਪੇਸ ਛੱਡਣੀ ਹੈ ਆਪਾਂ ਜਿੱਥੇ ਕ੍ਰੋਸ ਕਰ ਰਿਹਾ, ਉੱਥੋਂ ਪੂਰੇ ਧਿਆਨ ਨਾਲ ਆਪਾਂ ਐਵੇਂ ਵੀ ਇੱਕ ਦੂਜੇ ਦੇ ਉੱਪਰ ਜਾਂਦਾ ਹੋਇਆ ਲੇਜ਼ਿਸ ਬਣਾਉਣਾ ਹੈਗਾ। ਠੀਕ ਹੈ, ਹੁਣ ਆਪਾਂ ਜਿਹੜਾ ਬਲੈਕ ਵਿੱਚੋਂ ਥੋੜ੍ਹਾ ਜਿਹਾ ਜਿਵੇਂ ਵਾਈਟ ਕਰਦੇ ਆਪਾਂ ਉਹ ਬਲੈਕ ਨੂੰ ਕਵਰ ਕਰ ਲੈਂਦਾ ਨਾ, ਤਾਂ ਹੁਣ ਆਪਾਂ ਬਲੈਕ ਦੀ ਫਿਨਿਸ਼ਿੰਗ ਦੇਣੀ ਹੈ। ਠੀਕ ਹੈ, ਦੇਖੋ ਬਣ ਗਿਆ ਆਪਣਾ ਸ਼ੂਜ਼। ਬਸ ਥੋੜ੍ਹਾ ਜਿਹਾ ਆਪਾਂ ਇਹਦੀ ਬੈਕ ਸਾਈਡ 'ਤੇ ਵੀ ਕਰਾਂਗੇ ਬਲੈਕ ਲਾਈਨ। ਹੁਣ ਇਹ ਆਪਣਾ ਰੈਡੀ ਹੋ ਗਿਆ ਸ਼ੂਜ਼। ਠੀਕ ਹੈ,
ਇਹਨੂੰ ਆਪਾਂ ਡੈਕੋਰੇਸ਼ਨ ਲਈ ਯੂਜ਼ ਕਰ ਸਕਦੇ ਹਾਂ, ਪੇਪਰ ਵੇਟ ਲਈ ਯੂਜ਼ ਕਰ ਸਕਦੇ ਹਾਂ। ਓਕੇ ਫਰੈਂਡਸ, ਬਾਏ।